ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਂ ਸੇ ਸਤ ਗੁਰੂ ਨਾਨਕ ਦੇਵ ਜੀ ਤਾਂ ਸੇ ਸਤ ਗੁਰੂ ਜਗਜੀਤ ਸਿੰਘ ਜੀ ਤਾਂ ਸੇ ਸਤ ਗੁਰੂ ਉਦੇ ਸਿੰਘ ਜੀ ਸਾਖੀ ਦਾ ਸਿਰਲੇਖ ਹੈ ਸਾਖੀ ਇੱਕ ਚੋਰ ਦੇ ਪ੍ਰਥਾਏ ਹੋਈ ਇੱਕ ਵਾਰੀ ਇੱਕ ਚੋਰ ਸੀ ਪਰ ਉਸ ਚੋਰ ਦਾ ਇਹ ਕੰਮ ਸੀ ਜੋ ਚੋਰੀ ਕਰਕੇ ਗੁਜ਼ਾਰਾ ਕਰਦਾ ਸੀ ਜਾ ਕਿਤਨੀ ਕੁ ਮੁद्दत गुजरी ਤਾਂ ਉਹ ਚੋਰ ਹੁਕਮ ਸੱਤ ਹੋਏ ਗਿਆ ਤਾਂ ਪਿੱਛੇ ਉਸ ਦਾ ਪੁੱਤਰ ਰਹਿ ਗਿਆ ਪਰ ਸੱਤ ਬਰਸਾਂ ਦਾ ਸੀ ਇੱਕ ਦਿਨ ਉਸ ਲੜਕੇ ਨੇ ਆਪਣੀ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਮੇਰੇ ਪਿਤਾ ਜੀ ਕੀ ਰੁਜ਼ਗਾਰ ਕਰਦਾ ਸੀ ਸੋ ਕਹੋ ਤਾਂ ਉਸ ਦੀ ਮਾਤਾ ਸਿਆਣੀ ਸੀ ਉਸ ਨੇ ਦੇਖਿਆ ਕਿ ਅਜੇ ਇਹ ਆਣਾ ਹੈ ਤੇ ਚੋਰੀ ਦਾ ਮਾਮਲਾ ਬੜਾ ਸਖਤ ਹੈ ਜੇ ਕਿਤੇ ਪਕੜਿਆ ਗਿਆ ਤੇ ਮਾਰ ਪਈ ਤਾਂ ਇਹ ਦੱਸ ਦੇਵੇਗਾ ਤੇ ਨਾਲ ਮੈਂ ਵੀ ਖਰਾਬ ਹੋਵਾਂਗੀ ਅਜੀ ਵੱਡਾ ਹੋលਵੇ ਇਹ ਵਿਚਾਰ ਕੇ ਕਹਿਣ ਲੱਗੀ ਪੁੱਤਰ ਅਜ ਤੇਰੇ ਪਿਤਾ ਦਾ ਖਟਿਆ ਹੋਇਆ ਬਹੁਤ ਹੈ ਖਾਓ ਪੀਓ ਜਦ ਤੂੰ ਸਿਆਣਾ ਹੋਵੇਂਗਾ ਤਾਂ ਮੈਨੂੰ ਤਾਂ ਮੈਂ ਤੈਨੂੰ ਦੱਸਾਂਗੀ ਫਿਰ ਤੂੰ ਉਹ ਰੋਜ਼ਗਾਰ ਕਰੀ ਤਾਂ ਉਹ ਲੜਕਾ ਚੁੱਪ ਕਰ ਰਿਹਾ ਅਰ ਲਗਾਓ ਲੜਕਾ ਖੇਡਣ ਜਦ ਕੋਈ ਮੁੱਦਤ ਗੁਜ਼ਰ ਗਈ ਇਤਨੇ ਚਿਰ ਵਿੱਚ ਉਹ ਲੜਕਾ ਹੁਸ਼ਿਆਰ ਹੋ ਗਿਆ ਠੀਕ ਦਿਨ ਮਾਤਾ ਨੂੰ ਕਹਿਣ ਲੱਗਾ ਕਿ ਮਾਤਾ ਜੋ ਮਰਦ ਭਗਵਾਨ ਨੇ ਪੈਦਾ ਕੀਤਾ ਹੈ ਸੋ ਰੁਜ਼ਗਾਰ ਵਾਸਤੇ ਪੈਦਾ ਕੀਤਾ ਹੈ ਬਿਨਾ ਰੁਜ਼ਗਾਰ ਇਨਸਾਨ ਨਹੀਂ ਚਾਹੀਦਾ ਸੋ ਤੂੰ ਮੈਨੂੰ ਦੱਸ ਜੋ ਮੇਰੇ ਪਿਤਾ ਜੀ ਕੀ ਰੁਜ਼ਗਾਰ ਕਰਦੇ ਸੀ ਸੋ ਕਹੋ ਤਾ ਉਸਦੀ ਮਾਤਾ ਨੇ ਦਿਲ ਵਿੱਚ ਸਮਝਿਆ ਕਿ ਹੁਣੇ ਉਮਰਕਾਰ ਕੀ ਵੀ ਵਡਾ ਹੋ ਗਿਆ ਹੈ ਅਤੇ ਹੁਣ ਗੱਲਾਂ ਵੀ ਸਿਆਣਪਾਂ ਦੀਆਂ ਕਰਦਾ ਹੈ ਤੇ ਹੁਣ ਮੈਂ ਇਸ ਨੂੰ ਦੱਸ ਦੇਵਾਂ ਤਾਂ ਉਸਦੀ ਮਾਂ ਨੇ ਆਖਿਆ ਪੁੱਤਰ ਤੂੰ ਮੈਨੂੰ ਧਰਮ ਦੇ ਦੋ ਹੀ ਬਚਨ ਦੇ ਤਾਂ ਮੈਂ ਤੈਨੂੰ ਸਭ ਦੱਸ ਦੇਵਾਂਗੀ ਤਾਂ ਉਸ ਲੜਕੇ ਨੇ ਕਿਹਾ ਮਾਤਾ ਜੀ ਉਹ ਬਚਨ ਕਿਹੜੇ ਹਨ ਜੋ ਮੈਂ ਦੇਵਾਂ ਤਾਂ ਮਾਂ ਨੇ ਕਿਹਾ ਇਹ ਪੁੱਤਰ ਇੱਕ ਤਾਂ ਬਚਨ ਇਹ ਹੈ ਤੂੰ ਕਿਸੇ ਨੂੰ ਆਪਣਾ ਰੁਜ਼ਗਾਰ ਨਹੀਂ ਦੱਸਣਾ ਭਾਵੇਂ ਤੈਨੂੰ ਕੋਈ ਮਾਰ ਸੁੱਟੇ ਅਤੇ ਦੂਜਾ ਇਹ ਹੈ ਭਾਵੇਂ ਕੋਈ ਤੇਰੇ ਨਾਲ ਕੈਸਾ ਮਿਤਰਾ ਨਾ ਕਰੇ ਧਰਮਸਾਲਾ ਨਹੀਂ ਜਾਣਾ ਤੇ ਨਾ ਕੋਈ ਉੱਥੋਂ ਦਾ ਸ਼ਬਦ ਹੀ ਕੰਨੀ ਸੁਣਨਾ ਸਾਡੇ ਪਛਵਾੜੇ ਹੈ ਉੱਥੋਂ ਦੀ ਕਦੀ ਲੰਘਣਾ ਵੀ ਨਹੀਂ ਤਾਂ ਉਸ ਲੜਕੇ ਨੇ ਮੰਨ ਲਏ ਦੋਨੋਂ ਬਚਨ ਤਾ ਬਚਨ ਦੇ ਦਿੱਤਾ ਤਾਂ ਮਾਤਾ ਨੇ ਗਿਆ ਹੀ ਪੁੱਤਰ ਪਿਤਾ ਤੇਰਾ ਚੋਰੀ ਕਰਦਾ ਸੀ ਪਰ ਤੂੰ ਵੀ ਚੋਰੀ ਕਰਨੀ ਹੋਵੇਗੀ ਇਹ ਕੰਮ ਕਰੀ ਜੇ ਪੁੱਤਰ ਤੂੰ ਪਕੜਿਆ ਜਾਵੇਂ ਤਾਂ ਤੈਨੂੰ ਕੁਝ ਕਹਿਣ ਪਰ ਤੂੰ ਰੁਜ਼ਗਾਰ ਚੋਰੀ ਦਾ ਨਹੀਂ ਦੱਸਣਾ ਭਾਵੇਂ ਸੀਰੋ ਵੀ ਤੈਨੂੰ ਮਾਰ ਦੇਣ ਪਰ ਦੱਸੀ ਨਾ ਉਸ ਨੇ ਕਿਹਾ ਭਲਾ ਮਾਤਾ ਜੀ ਤਾਂ ਫਿਰ ਉਹ ਬਾਲਕ ਲੱਗਾ ਚੋਰੀ ਤਾਂ ਉਸ ਨੇ ਕਿਹਾ ਭਲਾ ਮਾਤਾ ਜੀ ਤਾ ਫੇਰ ਉਹ ਬਾਲਕ ਲੱਗਾ ਚੋਰੀ ਕਰਨ ਇੱਕ ਦਿਨ ਦੀ ਬਾਤ ਹੈ ਉਸ ਨੂੰ ਸ਼੍ਰੀ ਗੁਰੂ ਜੀ ਦਾ ਦਰਸ਼ਨ ਹੋਇਆ ਉਸ ਦਾ ਭਲਾ ਜੋ ਹੋਣਾ ਸੀ ਇੱਕ ਦਿਨ ਉਹ ਚੋਰੀ ਕਰਨ ਜੋ ਨਿਕਲਿਆ ਤਾਂ ਰਾਜੇ ਦੇ ਪੰਡਾਰ ਨੂੰ ਜਾਪਨਿਓ ਸੁ ਜਾ ਸੁਇਰ ਹੋਈ ਤਾਂ ਖਬਰ ਹੋਈ ਕੁਝ ਪਤਾ ਨਾ ਲੱਗੇ ਤਾਂ ਰਾਜੇ ਨੇ ਇੱਕ ਫਫੇ ਕਟਣੀ ਨੂੰ ਕਿਹਾ ਕਿ ਚੋਰੀ ਸਹੀ ਕਰ ਤਾ ਉਸ ਦੇ ਕਿਹਾ ਜੀ ਬਹੁਤ ਅੱਛਾ ਕੂਟਣੀ ਲੱਗੀ ਸ਼ਹਿਰ ਦੀ ਗਲੀ ਗਲੀ ਫਿਰਨ ਉਧਰ ਚੋਰ ਦੀ ਮਾਂ ਨੇ ਕਿਹਾ ਪੁੱਤਰ ਕੁਝ ਅਨ ਚਾਹੀਦਾ ਹੈ ਉਸਨੇ ਕਿਹਾ ਮਾਤਾ ਜੀ ਪਲੀ ਬਾਤ ਤਾਂ ਉਹ ਚੋਰ ਜਾ ਕੇ ਕਣਕ ਦੀ ਪੰਡ ਸੀਰ ਉੱਪਰ ਚੁੱਕ ਕੇ ਲੈ ਜਾਂਦਾ ਸੀ ਤੇ ਘਰ ਦੇ ਨਜ਼ਦੀਕ ਆਏ ਗਿਆ ਤਾਂ ਅੱਗੇ ਮੰਤ ਅੱਗੇ ਸੰਤਰੀ ਆਇਆ ਤਾਂ ਚੋਰ ਨੇ ਦੇਖਿਆ ਕਿ ਸੰਤਰੀ ਆਉਂਦਾ ਹੈ ਪਰ ਲਾਚਾਰੀ ਉਹ ਪਿੱਛੇ ਹਟਿਆ ਉਹ ਧੀ ਧਰਮਸ਼ਾਲਾ ਹੈ ਗਈ ਸੀ ਤੇ ਉਸ ਚੋਰ ਨੇ ਕੰਨਾਂ ਵਿੱਚ ਝੂਂਗਲੀਆਂ ਦੇ ਲਈਆਂ ਜੋ ਦਿਲ ਵਿੱਚ ਵਿਚਾਰ ਕੀਤਾ ਇੱਥੋਂ ਦੀ ਕੋਈ ਗੱਲ ਮੇਰੇ ਕੰਨਾਂ ਵਿੱਚ ਨਾ ਪੈ ਜਾਵੇ ਇਹ ਸੋਚ ਕੇ ਅੰਦਰ ਆਏ ਵੜਿਆ ਅਤੇ ਕੰਡਾ ਪੈਰ ਵਿੱਚ ਲੱਗਾ ਤੇ ਸੱਜੇ ਹੱਥ ਨਾਲ ਚੋਰ ਪੁੱਟਣ ਲੱਗਾ ਤੇ ਧਰਮਸ਼ਾਲਾ ਵਿੱਚ ਸਿੱਖਾਂ ਨੂੰ ਸ਼ਬਦ ਦਾ ਵਿਚਾਰ ਕਰਕੇ ਸੁਣਾ ਰਹੇ ਸਨ ਜੋ ਸ਼ੀਰੀ ਪਰਮੇਸ਼ਰ ਦੇ ਭਜਨ ਵਾਲੇ ਹਨ ਸੋ ਦੇਵਤੇ ਹਨ ਤੇ ਦੇ ਤੇ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਤੇ ਦੇਵਤਿਆਂ ਦੀਆਂ ਪਲਕਾਂ ਲੱਗਦੀਆਂ ਨਹੀਂ ਅਤੇ ਤਿੰਨਾਂ ਦਾ ਪਰਛਾਵਾਂ ਵੀ ਨਹੀਂ ਹੁੰਦਾ ਇਹ ਆਵਾਜ਼ ਚੋਰ ਦੇ ਕੰਨੀ ਪੈ ਗਈ ਤਾਂ ਚੋਰ ਨੇ ਕਿਹਾ ਭਾਈ ਇਹ ਆਵਾਜ਼ ਮੈਂ ਜਾਣ ਕੇ ਨਹੀਂ ਸੁਣੀ ਇਤਨੀ ਚਿਰ ਨੂੰ ਚੌਕੀਦਾਰ ਨਜ਼ਦੀਕ ਆਏ ਗਿਆ ਤਾਂ ਚੋਰ ਆਪਣੇ ਘਰ ਨੂੰ ਨਾਸ ਕੇ ਜਾਇ ਵੜਿਆ तो अनाज माँ जाए दिता इसी तरह सब पदार्थ चोर अपनी माँ को लियादया करे तो अपने घर में ऐश बहार खुशी करतने कु दिन बीते तो फ्फे कुटनी ने देखा मैं सारा शहर फेर कर देखा है सब लोग आपो अपना रुजगार करते हैं पर माँ मुत्र बैठे ही खाते हैं। ਤਾਂ ਉਸ ਕੂਟਣੀ ਮਨ ਵਿੱਚ ਵਿਚਾਰ ਕੀਤੀ ਕਿ ਤ੍ਰੀ ਮਤ ਹੋਏ ਕਰ ਕਤੇ ਨਹੀਂ ਤੇ ਮਰਦ ਹੋ ਕੇ ਕੋਈ ਰੁਜ਼ਗਾਰ ਨਾ ਕਰੇ ਤੇ ਉਹਨਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਜਾਣੇ ਪਰਮੇਸ਼ਰ ਜੋ ਚੋਰ ਤਾਂ ਇਹੀ ਹੋ ਸੀ ਪਰ ਉਸ ਕੂਟਣੀ ਨੇ ਪੱਕਾ ਪੱਕਾ ਆਪਣਾ ਮਨ ਜਮਾ ਲਿਆ ਕਿ ਬਿਨਾਂ ਇਸ ਦੇ ਚੋਰ ਹੋਰ ਕੋਈ ਨਹੀਂ ਤੇ ਨਾ ਗੱਡੀ ਉਸ ਨੂੰ ਕਿਤੇ ਸੌਦਾ ਲਿਆਂਦੇ ਦੇਖਿਆ ਫਿਰ ਕੂਟਣੀ ਨੇ ਕਿਤਨੇ ਦਿਨ ਉਸ ਮਹੱਲੇ ਵਿੱਚ ਭੀਖਿਆ ਮੰਗਣੀ ਸ਼ੁਰੂ ਕੀਤੀ ਪਰ ਜਦ ਕੁਝ ਭੀਖਿਆ ਪਵੇ ਤਾਂ ਉਸੇ ਦੇ ਘਰੋਂ ਪਵੇ ਕੂਟਣੀ ਮਨ ਵਿੱਚ ਵਿਚਾਰਿਆ ਕਿ ਹੁਣ ਮੈਂ ਇਸ ਨੂੰ ਕੁਝ ਆਖਿਆ ਤਾਂ ਚੋਰ ਕਿਤੇ ਨਾਸ ਜਾਏ ਤਾਂ ਫਿਰ ਕੀ ਕਰਾਂਗੀ ਉਸ ਕੂਟਣੀ ਨੇ ਰਾਜੇ ਨੂੰ ਜਾਏ ਖਬਰ ਦਿੱਤੀ ਕਿ ਹੇ ਰਾਜਾ ਜੀ ਮੈਂ ਚੋਰ ਪਕੜਾ ਦੇਣੀ ਹਾਂ ਤਾਂ ਉਸ ਰਾਜੇ ਨੇ ਉਸ ਕੁਟਣੀ ਦੇ ਨਾਲ ਆਪਣੇ ਪਿਆਦੇ ਦੇ ਦਿੱਤੇ ਦੇ ਦਿੱਤੇ ਕਿਆ ਜਿਸ ਨੂੰ ਇਹ ਕੁਟਣੀ ਕਹੇ ਉਸ ਨੂੰ ਮੇਰੇ پاس ਲੈ ਆਉਣਾ ਤਾਂ ਪਿਆਦੇ ਉਸ ਦੇ ਨਾਲ ਗਏ ਤਾਂ ਕੁਟਣੀ ਉਸ ਚੋਰ ਨੂੰ ਜਾਇਕਰ ਪਕੜਾਈ ਲਈ ਅਤੇ ਰਾਜੇ ਦੇ ਸਾਹਮਣੇ ਹਾਜ਼ਰ ਕੀਤਾ ਤਦ ਰਾਜੇ ਪੁੱਛਿਆ ਕਿ ਤੂੰ ਚੋਰੀ ਕੀਤੀ ਹੈ ਪਰ ਉਸ ਚੋਰ ਨੇ ਆਪਣੇ ਮਨ ਵਿੱਚ ਕਿਹਾ ਕਿ ਮੈਂ ਤਾਂ ਨਹੀਂ ਜਵਾਨੋ ਕਹਿਣਾ ਕਿ ਮੈਂ ਚੋਰੀ ਕੀਤੀ ਹੈ ਤਾਂ ਰਾਜੇ ਨੇ ਹੁਕਮ ਦਿੱਤਾ ਇਸ ਨੂੰ ਮਾਰੋ ਤਾਂ ਉਸ ਚੋਰ ਨੂੰ ਲੱਗੇ ਮਾਰਨ ਕਿਤਨੀ ਕੁ ਦਿਨ ਉਸ ਨੂੰ ਮਾਰ ਪਈ ਪਰ ਉਸ ਨੇ ਨਾ ਕਿਹਾ ਕਿ ਮੈਂ ਚੋਰੀ ਕੀਤੀ ਹੈ ਰਾਜੇ ਦੇ ਮਨ ਵਿੱਚ ਵਿਚਾਰ ਆਈ ਕਿ ਮੈਂ ਇਸ ਨੂੰ ਐਵੇਂ ਵੀ ਮਾਰ ਕਰਾਉਂਦਾ ਰਿਹਾ ਕਰਾਉਂਦਾ ਰਿਹਾ ਹਾਂ ਤੇ ਜੇ ਇਸ ਨੇ ਚੋਰੀ ਕੀਤੀ ਹੁੰਦੀ ਤਾਂ ਇਹ ਦੱਸ ਦੇਣਾ ਤੇ ਨਾਲੇ ਇਹ ਅਜੀਬ ਬਾਲਕ ਹੈ ਇਸ ਨੂੰ ਅਜੀਹੀ ਮਾਰ ਪਈ ਹੈ ਜੋ ਦੇਖਣ ਵਾਲਿਆਂ ਦਾ ਦਿਲ ਕੰਬ ਗਿਆ ਹੈ ਇਸ ਬਾਲਕ ਨਹੀਂ ਕਿਹਾ ਜੋ ਮੈਂ ਕੁਝ ਚੁੱਕਿਆ ਹੈ ਇਸ ਬਾਤ ਨੂੰ ਰਾਜੇ ਵਿਚਾਰਿਆ ਕਿ ਮੈਂ ਜੋ ਹਾਂ ਤੇ ਰਾਜਾ ਹਾਂ ਜੇ ਇਹ ਬਾਲਕ ਸੱਚਾ ਹੋਵੇ ਤੇ ਚੋਰ ਨਾ ਹੋਵੇ ਜਿੰਨਾ ਮੈਂ ਇਸ ਨੂੰ ਮਾਰਿਆ ਹੈ ਉਸ ਦਾ ਜਵਾਬ ਮੇ ਪਰਮੇਸ਼ਰ ਅੱਗੇ ਕੀ ਦੇਵਾਂਗਾ ਤਾਂ ਰਾਜੇ ਨੇ ਫੱਪੀ ਕਟਣੀ ਨੂੰ ਸਦਵਾਇਆ ਅਤੇ ਆਖਿਆ ਕਟਣੀ ਇਹ ਨਹੀਂ ਮੈਂ ਜਾਣਦਾ ਹਾਂ ਕਟਣੀ ਆਖਿਆ ਸੁਣੋ ਰਾਜਾ ਜੀ ਜੇਕਰ ਇਹ ਚੋਰ ਆਪਣੇ ਮੂੰਹੋਂ ਆਖੇ ਤਾਂ ਸੱਚ ਮੰਨੋਗੇ ਤਾਂ ਰਾਜੇ ਨੇ ਕਿਹਾ ਕਿ ਜੇ ਚੋਰ ਆਪਣੇ ਮੂੰਹੋਂ ਕਹੇ ਤਾਂ ਅਸੀਂ ਜਾਣਾਂਗੇ ਤਾਂ ਫੱਪੀ ਕਟਣੀ ਕਿਹਾ ਸੁਣੋ ਰਾਜਾ ਜੀ ਕੱਲ ਤੁਸੀਂ ਜਿਸ ਵਕਤ ਉਸ ਨੂੰ ਮਾਰਨ ਵਾਸਤੇ ਕੱਢੋਗੇ ਤਾ ਹੁਕਮ ਇਹ ਦੇਣਾ ਜੋ ਰੋਜ ਮਾਰਨ ਨਾਲੋਂ ਇਸਨੂੰ ਫਾਂਸੀ ਹੀ ਦੇ ਦਿਓ ਪਰ ਹੋਰ ਵੀ ਸੁਣਨ ਤੇ ਚੋਰ ਨੂੰ ਵੀ ਮਾਲੂਮ ਹੋ ਜਾਵੇ ਕਿ ਮੈਨੂੰ ਹੁਣ ਮਾਰ ਦੇਣਗੇ ਫਿਰ ਜਦ ਉਸਨੂੰ ਬੰਦੀਖਾਨੇ ਵਿੱਚ ਪਾਉਣਾ ਤਾਂ ਦਰਵਾਨਾਂ ਨੂੰ ਇਹ ਹੁਕਮ ਦੇਣਾ ਕਿ ਨਾ ਜੰਦਰਾ ਤੇ ਨਾ ਕੁੰਡੀ ਮਾਰਨਾ ਬੂਹਾ ਪੀੜ ਦੇਣਾ ਤੇ ਜਦੋਂ ਮੈਂ ਆਵਾਂ ਕੋਈ ਬੋਲੇ ਨਾ ਤੇ ਜੋ ਮੈਂ ਉਸ ਨਾਲ ਗੱਲਾਂ ਕਰਾਂ ਯਾ ਉਹ ਕਰੇ ਲਿਖੀ ਜਾਣ ਇਹ ਬਾਤਾਂ ਰਾਜਾ ਨਾਲ ਕੂਟਣੀ ਕਰਕੇ ਉੱਥੋਂ ਚਲੀ ਗਈ ਜਦ ਸਵੇਰ ਹੋਈ ਤੇ ਕਚਹਿਰੀ ਵਿੱਚੇ ਚੋਰ ਸਦਵਾ ਕੇ ਰਾਜੇ ਨੇ ਕਿਹਾ ਭਾਈ ਇਸ ਨੂੰ ਰੋਜ਼ ਮਾਰਦੇ ਹੋ ਤੇ ਇਹ ਦੱਸਦਾ ਨਹੀਂ ਇਸ ਨੂੰ ਕੱਲ ਫਾਂਸੀ ਹੀ ਦੇ ਦਿਵੋ ਸਭ ਨੇ ਸੁਣ ਲਿਆ ਨਾਲੇ ਇਸ ਚੋਰ ਨੇ ਵੀ ਸੁਣਿਆ ਕਿ ਭਲਕੇ ਮੈਨੂੰ ਫਾਂਸੀ ਦਾ ਹੁਕਮ ਹੋਇਆ ਹੈ ਜਦ ਰਾਤ ਪਈ ਤੇ ਚੋਰ ਨੂੰ ਬੰਦੀਖਾਨੇ ਵਿੱਚ ਪਾ ਦਿੱਤਾ ਪੈਰੀ ਕਾਠ ਮਾਰ ਕੇ ਬੇਠਾ ਅਦਿੱਤਾ ਤੇ ਬੂਹਾਂ ਪੀੜ ਛੱਡਿਆ ਕੁੰਡਾ ਵੀ ਨਾ ਮਾਰਿਆ ਤੇ ਨਾ ਜੰਦਰਾ ਮਾਰਿਆ ਜਦ ਅੱਦ ਦੀ ਰਾਤ ਹੋ ਗਈ ਤਾਂ ਫੱਫੇ ਕੁਟਣੀ ਨੇ ਆਪਣੀ ਸੂਰਤ ਦੇਵੀ ਦੀ ਬਣਾਈ ਤੇ ਚਾਰ ਬਾਵਾ ਬਣਾਈਆਂ ਦੋ ਲੱਕੜੀਆਂ ਤੇ ਨਾਲੇ ਸ਼ੇਰ ਲੱਕੜੀ ਦਾ ਮਣਾਇਆ ਜੇਵਰ ਤੇ ਬਸਤਰ ਸੁਹੇ ਪਹਿਨੇ ਸੀਸ ਪਰ ਮੁਕਟ ਤਾਰਿਆ ਤੇ ਚਵਾ ਭੂਜਾਵੀ ਚ ਚਾਰ ਮਸਾਲਾ ਪਕੜੀਆਂ ਤੇ ਆਸ ਤੇ ਆਸ ਤੇ ਉਸ ਅੰਦਰ ਆਈ ਵੜੀ ਜャ ਉਸ ਚੋਰ ਨੇ ਦੇਖਿਆ ਕਿ ਮਸਾਲਾਂ ਦਾ ਚਾਨਣ ਹੈ ਤਾਂ ਉੱਠ ਕੇ ਦੇਖੇ ਤਾਂ ਸਾਖਿਆਤ ਦੁਰਗਾ ਖੜੀ ਹੈ ਤਾਂ ਉਸ ਚੋਰ ਨੇ ਹੱਥ ਜੋੜ ਨਮਸਕਾਰ ਕੀਤੀ ਅਤੇ ਅਚਰਜ ਹੋਏ ਗਿਆ ਕਿ ਤਨ ਪਰਮੇਸ਼ਰ ਹੈ ਉਸ ਬੱਪੇ ਕੁੱਟਣੀ ਚੋਰ ਨੂੰ ਆਖਿਆ ਬੇਟਾ ਤੂੰ ਮੇਰਾ ਪਿਆਰਾ ਭਗਤ ਹੈ ਤੈਨੂੰ ਇਸ ਰਾਜਾ ਨੇ ਬੜੀ ਭਾਰੀ ਸਜਾ ਦਿੱਤੀ ਹੈ ਇਸ ਵਾਸਤੇ ਮੈਂ ਤੇਰੇ پاس ਆਈ ਹਾਂ ਜੇਕਰ ਕਹੀਂ ਤਾਂ ਇਸ ਰਾਜਾ ਨੂੰ ਮਾਰ ਦੇਵਾਂ ਜੇ ਕਹੀਂ ਤਾਂ ਇਸ ਦਾ ਨਗਰ ਗਰਕ ਕਰ ਦੇਵਾਂ ਪਰ ਤੂੰ ਮੈਨੂੰ ਸੱਚ-ਸੱਚ ਆਖ ਦੇ ਕਿ ਰਾਜੇ ਦੀ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਦੇਖ ਬੱਚਾ ਮੇਰੇ پاس ਲੁਕਾ ਨਗਰੀ ਤਾਂ ਚੋਰ ਨੇ ਜਾਣਿਆ ਕਿ ਸੱਚੀ ਭਵਾਨੀ ਹੀ ਹੈ ਤੇ ਮੈਂ ਇਸ ਦੇ ਅੱਗੇ ਸਭ ਦੱਸ ਦੇਵਾਂ ਜਾ ਚੋਰ ਨੇ ਮਨ ਵਿੱਚ ਦੱਸਣ ਦੀ ਤਿਆਰੀ ਕੀਤੀ ਤਾਂ ਉਸ ਦੇਵੀ ਦੇ ਨੇਤਰਾਵਾਂ ਵੱਲ ਨજર ਕੀਤੀ ਤੇ ਨੇਤਰਾ ਦੀਆਂ ਪਲਕਾਂ ਚਮਕੀ ਦੀਆਂ ਹਨ ਤਾਂ ਚੋਰ ਨੂੰ ਧਰਮਸ਼ਾਲਾ ਵਾਲਾ ਸ਼ਬਦੀ ਆਦ ਆ ਗਿਆ ਕਿ ਦੇਵਤਾ ਕੀ ਨੇਤਰਾ ਕੀ ਪਲਕ ਨਹੀਂ ਲੱਗਦੀ ਅਤੇ ਨਾ ਦੇਵਤਾ ਦੇ ਸਰੀਰ ਦਾ ਪਰਛਾਵਾਂ ਹੁੰਦਾ ਹੈ ਇਹ ਬਾਤ ਉਸ ਨੂੰ ਯਾਦ ਹੋਈ ਆਈ ਤਾਂ ਉਸ ਨੇ ਮਨ ਵਿੱਚ ਕਿਹਾ ਕਿ ਧਰਮਸ਼ਾਲਾ ਵਾਲੇ ਸਿੱਖ ਆਹ ਕਦੇ ਪੈਸਨ ਕਿ ਜੋ ਭਗਤ ਭਜਨ ਕਰਨ ਵਾਲੇ ਪਜਨੀਕ ਦੇਵਤੇ ਹੋ ਜਾਂਦੇ ਹਨ ਤੇ ਉਹਨਾਂ ਦੀਆਂ ਪਲਕਾਂ ਨਹੀਂ ਲੱਗਦੀਆਂ ਅਤੇ ਇਸ ਦੀਆਂ ਤਾਂ ਪਲਕਾਂ ਚਮਕੀ ਚਮਕੀ ਦੀਆਂ ਹਨ ਤੇ ਇਹ ਭਵਾਨੀ ਕਾਹੇ ਦੀ ਹੈ ਇਹ ਤਾਂ ਕੋਈ ਛਾਲ ਹੈ ਇਹ ਬਾਤ ਚੋਰ ਆਪਣੇ ਮਨ ਵਿੱਚ ਸਮਝ ਕੇ ਆਪਣਾ ਸਾਚਾਖਣੋ ਰਹਿ ਗਿਆ ਤਾ ਚੋਰ ਨੇ ਹੱਥ ਜੋੜ ਕਰਕੇ ਆਹੀ ਮਾਤਾ ਜੀ ਜੀ ਮੈਂ ਚੋਰੀ ਕੀਤੀ ਹੁੰਦੀ ਤਾਂ ਤੂੰ ਕਿਹਾ ਨਹੀਂ ਜਾਣਦੀ ਮੈਂ ਨੇ ਤਾਂ ਚੋਰੀ ਕੀਤੀ ਹੀ ਨਹੀਂ ਰਾਜਾ ਤਾਂ ਮੈਨੂੰ ਐਵੇਂ ਹੀ ਮਰਵਾਉਣਾ ਹੈ ਜਾਂ ਇਹ ਬਾਰਤਾ ਹੋਈ ਤਾਂ ਉਹ ਚਾਰੇ ਮਸਾਲਾ ਬੁਝ ਗਈਆਂ ਤੇ ਕਾਠ ਦਾ ਸ਼ੇਰ ਫਟ ਗਿਆ ਤੇ ਕਾਠ ਦੀਆਂ ਬਾਹਾਂ ਵੀ ਡਿੱਗ ਪਈਆਂ ਦਰਬਾਨਾ ਨੇ ਇਹ ਗੱਲ ਸੁਣੀ ਤਾਂ ਉਸੇ ਵੇਕਤ ਫਫੇ ਗੁਟੜੀ ਨੂੰ ਪਕੜ ਲਿਆ ਜਦ ਸਵੇਰ ਹੋਈ ਤੇ ਰਾਜੇ ਦੇ پاس ਲੈ ਗਏ ਤੇ ਜਾ ਕੇ ਰਾਖਿਓ ਨੇ ਮਹਾਰਾਜ ਜੀ ਰਾਤ ਕੋ ਇਹ ਬਾਤ ਹੋਈ ਹੈ ਤਾਂ ਰਾਜੇ ਸਭ ਹਕੀਕਤ ਸੁਣੀ ਤੇ ਸਮਝ ਕੇ ਫਫੇ ਗੁਟੜੀ ਕੋ ਰਾਜੇ ਨੇ ਫਾਂਸੀ ਦੇ ਦਿੱਤਾ ਅਤੇ ਚੋਰ ਕੋ ਰਾਜੇ ਛੋੜ ਦਿੱਤਾ ਤੇ ਰਾਜੇ ਆਪਣੇ ਮਨ ਮੇ ਬੜਾ ਪਛਤਾਪ ਕੀਤਾ ਕਿ ਮੈਂ ਕੀ ਕੀਤਾ ਨਾਲੇ ਚੋਰੀ ਵੀ ਨਾ ਲੱਭੀ ਤੇ ਪਧਾਵੀ ਨਾ ਲਗਾ ਸਭ ਸੰਗਤ ਨੇ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕਿਆ ਧੰ ਸ੍ਰੀ ਸਤਗੁਰੂ ਨਾਨਕ ਦੇਵ ਜੀ